वीडियो एक पाई आ एक दे नाले बोंदल का पटाके एक ने पा दते ते हजे ता मैं जेडी होर दो कढणियां ओदा इनो भी ज्यादा डेंजरस ने ते उदो की बनूगा तुहाडा। हेलो सत श्री अकाल, तुसीं तां भुल ही गए मैनूं। नहीं नहीं मैं भी कल नाइट ते सीगी, हुणे उठी सी सुप्री पई। हां जी एक मिनट साइड ते नहीं। हां जी रोटी खाली बस हो थोड़े दिन हो गए जेडी मेनु लेके जांदे आ 2000 रुपए ले लेंदे आ, 500 आप रख लेंदे, फिर 1500 फड़ा लेंदे आ। ਵੈਸੇ ਤਾਂ ਇੰਨੇ ਕੀ ਹੁੰਦਾ ਵਾਧਾ ਅੱਜ ਕੱਲ੍ਹ ਜਾਂਦਾ ਨੀ ਕੋਈ। ਤੇ ਬਾਕੀ ਹੁਣ ਉਹਦੀ ਵੀ ਚਲੋ ਜ਼ਿੰਮੇਵਾਰੀ ਹੁੰਦੀ ਆ ਨਾ ਵਿਚਾਰੀ ਦੀ। ਹਾਂ ਇਹ ਤਾਂ ਹੈਗਾ, ਪਰ ਕਿੱਥੇ ਆ ਦੀਦੀ? ਸਾਡੇ ਮੁੱਲੇ ਦੀ ਆ। ਅੱਛਾ ਅੱਛਾ। ਤੇ ਉਹਦਾ ਫੋਨ ਆਇਆ ਸੀ ਮੈਨੂੰ। ਹਾਂ ਉਹ ਕਹਿੰਦਾ ਕੱਲ ਨੂੰ ਮੈਂ ਬਾਹਰ ਜਾਣਾ ਵਾ। ਅੱਛਾ ਅੱਛਾ। ਕਹਿੰਦਾ ਪਲੀਜ਼ ਪੁੱਛ ਲੈ, ਕਹਿੰਦਾ ਮੈਂ 5000 ਰੁਪਇਆ ਕਹਿੰਦਾ ਮੈਂ ਤੇਰੇ ਹੱਥੇ ਰੱਖ ਦਿੰਦਾ ਬਸ ਬਸ ਇੱਕ ਵਾਰੀ ਮੈਂ ਮਿਲਣਾ ਚਾਹੁੰਦਾ ਵਾ। ਮੈਂ ਕਿਹਾ ਮੈਂ ਪੁੱਛ ਕੇ ਦੱਸ ਦਿੰਦੀ ਆ। ਅੱਛਾ 5000 ਚ ਵੀ ਮੰਨੇ ਪਿਆ ਛੋੜਦਾ। ਮੈਂ ਤਾਂ ਕਹਿੰਦੀ ਆ ਜੇ ਤੇਰੇ ਕੋਲ ਸਿਰਫ ਉਹਦੇ, ਯਾਰ ਮੈਂ ਤਾਂ 2-3 ਵਾਰੀ ਵੈਸੇ ਗਈ ਆ ਉਹਦੇ ਕੋਲ, ਠੀਕ ਆ, ਮਾਰਨਿੰਗ ਦਾ ਟਾਈਮ ਆ, ਬੇਬੀ ਦੀ ਕਸਮ ਆ, ਹੋਰ ਮੈਂ ਕਿਸੇ ਤੇ ਏਦਾਂ ਯਕੀਨ ਨਹੀਂ ਕਰਦੀ। ਉਹਦੇ ਨਾਲ ਮੈਂ ਇਕੱਲੀ ਗਈ ਆ ਦੇ ਤੋਂ ਬਾਹਰ ਹੋ ਕੇ, ਤੇ 10 ਮਿੰਟ ਉਹਦੇ ਹੱਥ ਦਾ, 10 ਜਾਂ 7 ਮਿੰਟ ਬਸ। ਤੇ ਹੁਣ ਉਹ ਤੇਰੇ ਲਈ ਤਾਂ 5000 ਵੀ ਭਰਦਾ ਪਿਆ ਵਾ। ਉਹ ਕਹਿੰਦਾ ਬਾਹਲੀ ਗੱਲ, ਕਹਿੰਦਾ ਜੇ ਉਹਨੂੰ ਕੋਈ ਡਰ ਆ ਮੇਰੇ ਤੋਂ ਤੂੰ ਨਾਲ ਆ ਜੀ। ਦੱਸ ਗੱਲ ਪਤਾ ਕੀ ਆ, ਮੇਰੇ ਵੀ ਮਾਂ ਨਹੀਂ ਸੀ ਉਹਦੇ ਨਾਲ, ਜਿਹੜਾ ਮੁੰਡਾ ਨਾ ਫਰੈਂਡ ਹੀ ਆ ਇਹ। ਕੋਈ ਨਾ ਮੈਂ ਤੁਹਾਡੇ ਕੰਮ ਤੇ ਆ ਜਾਊਂਗੀ, ਤੇ ਬਸ ਵਾਧੂ ਬਣਾ ਲਈ ਅੱਜ ਜਾਣਾ ਅੱਜ ਜਾ ਉਹ ਮੈਂ ਕੰਮ ਕਰਨੀ ਆ। ਨਹੀਂ ਹੁਣ ਜਿਵੇਂ ਮੈਂ ਪਹਿਲਾਂ ਨਾ ਕਸਟਮਰ ਨਾਲ ਜਿਵੇਂ ਗੱਲ ਕੀਤੀ ਵੀ ਚੰਗੀ ਹੁੰਦੀ ਆ, ਤੇ ਹੁਣ ਜਿਵੇਂ ਦੀਦੀ ਵੀ ਕਿਤੇ ਗੱਲ ਦੇ ਉਹ ਕਹਿ ਦਿੰਦੇ ਵੀ ਇਹ ਮਤਲਬ ਇੱਕ ਮੈਰਿਡ ਆ, ਇੱਕ ਥੋੜਾ ਹੈਲਥੀ ਆ। ਫਿਰ ਕਈ ਵਾਰੀ ਅਗਲਾ ਕਹਿ ਦਿੰਦਾ ਕੁੜੀ ਚਾਹੀਦੀ ਆ ਜਾਂ ਇੱਦਾਂ ਓਦਾਂ। ਨਹੀਂ ਨਹੀਂ ਹੁਣ ਤਾਂ ਪਾਸ ਕੇ ਕੋਈ ਇੱਦਾਂ ਦਾ ਸਟੇ ਕਰਾਂਗੀ। ਹਾਂ ਨਹੀਂ ਕਰਦੀ ਬਸ ਅੱਜ ਕੱਲ ਪੁੱਛਦੇ ਹੀ ਆ ਹਨਾ ਵੀ ਕਿੱਦਾਂ ਵਾ ਕੀ। ਹਾਂ ਤਾਂ ਹੀ ਜ਼ਿਆਦਾਤਰ ਦੇਖੇ ਜਿਹੜੇ ਤਾਂ ਬੁੱਢੇ ਬੰਦੇ ਹੋਣਗੇ ਉਹ ਕੁੜੀਆਂ ਭਰਦੀਆਂ, ਤੇ ਜਿਹੜੇ ਮੁੰਡੇ ਹੋਣਗੇ ਉਹ ਕਹਿਣਗੇ ਮੈਰਿਡ ਹੋਵੇ। ਹਾਂ ਇਹ ਤਾਂ ਹੈਗਾ, ਹਾਂ ਇਹ ਕਰਦੇ ਨੇ ਸਾਰੇ। ਹਾਂ ਬੁੱਢੇ ਕੁੜੀਆਂ ਦਾ ਬੜਾ ਕਸਤਾ ਹੁੰਦਾ ਨਾ। ਹਾਂ ਹੋਰ ਨਹੀਂ, ਰਾਤ ਮੈਂ ਨਾਈਟ ਲੈ ਕੇ ਆਈ ਸੀ ਨਾ, ਤੇ ਦੀਦੀ ਘਰੇ ਅੱਜ ਫਿਰ ਮੈਂ ਪੈ ਗਈ ਆ ਕੇ, ਮਾਰਨਿੰਗ 4 ਵਜੇ ਆ ਗਈ ਸੀਗੀ, ਹੁਣ ਸੁੱਤੇ ਪਈ ਉੱਥੇ ਆ। ਸਾਰਿਆਂ ਨੂੰ ਕਿਹਾ ਹੋਇਆ ਕਿ ਜਦੋਂ ਮੇਰੇ ਸਿਰ ਤੇ ਬੰਦਾ ਨੀ ਤਾਂ ਮੈਂ ਤਾਂ ਏਦਾਂ ਹੀ ਆਪਣੇ ਬੱਚੇ ਪਾਲਣੇ ਆ, ਚਾਹੇ ਮੈਨੂੰ ਚੰਗੀ ਕਹਿ ਲੋ ਚਾਹੇ ਮਾੜੀ ਕਹਿ ਲੋ। ਕਿਵੇਂ ਜਿਹੜਾ ਸਾਡੇ ਇੱਧਰ ਧਮਨ ਪੈਲੇਸ ਆ ਨਾ,
खर्चे भी बहुत आ दूजे मुंडे ने मैं पता की जेडी फड़कनी नी हुंदी चंगी तरह कुट के बाद चर लियो बस इनी ज्यादा टाइट हो जानी है खुद यकीन नहीं करोगे जेडी फड़कड़ी है कुछ एक डली पानी च उबाल के तुसी ठीक है जिम्मे वॉश वगैरा कर कुछ भी वॉश कर लिया करूगी ठीक है बाद फिर थोड़ी जी जेडी रहूगी ना कुट के चंगी तरह जिम्मे पाउडर जहा बना के ओ बाद अंदर धर लेनी है जगह नहीं नहीं ओदा ही बस की जिम्मे आप आम चुंडी जी भर के अंदर जी कर देनी है पानी सारा चूसी आंदी रहिंदी आ समा जिहड़ी आ दवाई दवुई आ जिहड़े कैप्सूल जे कैप्सूल ते इक वारी रखे सीगे कहिंदे इहदे नाल टाइट हुंदी आ पर स्मेल इन्नी गंदी हुंदी है ना जदो कैप्सूल अंदर गलदा वा ऑटोमेटिकली बंदे नूं पता लगदा वा क्योंकि एक होर कुड़ी सी ओह कहिंदे दीदी तुसी मैरिड हो भी चलो अपनी मजबूरी सीगी भी तुसी मैनूं लिया दो मैं लिया के तां दित्ते उहने ओह जदो अपने फ्रेंड कोल गई ते ओह कहिंदा यार कहिंदा मतलब स्मेल ही इन्नी गंदी आंदी पई है भी साफ पता लगदा मेडिसिन दी वा ओह आंदी पई है स्मेल नहीं बिलकुल जल नहीं हुंदी बस इन्ना वा जिम्मे रगड़ना जिम्मे सेल्फ ते रख बेलने बोलने कोई चीज ना बिलकुल पाउडर वांगू ऐसा सॉफ्ट सॉफ्ट कर लेना वा ओदे बाद चो ओही जिम्मे हाथ ते रख के भी दो तीन चुंडियां या अंदर च चंगी तरह रख लेनी ओ मैं कहनी बिलकुल सुंगड़ जांदी आ ओदे फ्रेंड दी भी टिक्का पैण गई नहीं नहीं फिर तू कॉटन च रख दी ना हुण मैं जिवें फड़कड़ी ओदां ही रख दी आ ते तू कॉटन ते फिर गलन नहीं दिंदी ते हुण जिवें मैं जिन्नी वार किसे नाल मिला
ਇਹ ਥੋੜੀ ਵੀ ਉਹ ਖੁੱਲੀ ਹੋ ਜੂਗੀ, ਉਨੀ ਵਾਰ ਹੋਰ ਟਾਈਟ ਹੋ ਜਾਣੀ ਆ। ਹੁਣ ਕਿ ਇਦਾਂ ਹੀ ਤੂੰ ਕੁੱਟ ਕੇ ਰੱਖ ਬੱਚਾ। ਨਹੀਂ ਨਹੀਂ ਉਹ ਤਾਂ ਗਲ ਜਾ ਨੀ ਅੰਦਰ ਫੜਕੜੀ ਤਾਂ ਆਪਾਂ 2 ਮਿੰਟ ਧੁੱਪੇ ਰੱਖ ਲਈਏ ਤਾਂ ਗਰਮ ਹੋ। ਮੰਨ ਕੇ ਚੱਲੋ ਬਈ 11 ਵਜੇ ਮਿਲਣਾ ਵਾ ਤੇ 10 ਵਜੇ ਰੱਖ ਲਵੇ। 10 ਕੁ ਵਜੇ ਬਸ ਜਿਵੇਂ ਹੁਣ ਲਾ ਲੋ ਕਿ ਮੈਨੂੰ ਆ ਹੁਣ ਜਿਵੇਂ ਕੋਈ ਸ਼ੋਰਟ ਆ ਗਿਆ ਮੇਰੀ ਕੁੱਟ ਕੇ ਰੱਖੀ ਵੀ ਆ ਡੱਬੀ ਚ, ਬਸ ਵਾਸ਼ਰੂਮ ਤੇ ਜਾ ਕੇ ਤੇ ਉਹ ਚੁੰਡੇ ਕੇ ਆਪਾਂ ਬੱਚੇ ਰੱਖ ਲੈਂਦੇ ਆ। ਏਦਾਂ ਹੀ ਆ ਵੀ ਭਾਵੇਂ 10-15 ਮਿੰਟ ਪਹਿਲਾਂ ਜਦੋਂ ਮਰਜ਼ੀ ਰੱਖ ਲਵੇ। ਨਹੀਂ ਜਿਵੇਂ ਹੁਣ ਮੰਨ ਕੇ ਚੱਲੋ ਮੈਂ ਵੀ ਜਾਣਾ ਆਪਦੇ ਫਰੈਂਡ ਕੋਲੇ ਤੇ ਮੈਂ ਤਾਂ ਉਹ ਤਾਂ ਘੰਟੇ ਨੂੰ ਆਊਗਾ ਤੇ ਬੰਦੇ ਨੂੰ ਉਹ ਘੰਟੇ ਤੱਕ ਤਾਂ ਖੁੱਲਾ ਸਮਾਨ ਫੇਰ ਹੋ ਜਾਂਦਾ। ਹਾਂ ਮਤਲਬ ਕਿ ਹੁਣ ਜਿਵੇਂ ਜਾਣਾ ਹੀ ਆ ਤੇ ਬਸ ਉਹ 10-15 ਮਿੰਟ ਪਹਿਲਾਂ ਘੁੱਟ ਲਵੇ ਰੱਖ ਕੇ। ਨਹੀਂ ਗਿੱਲਾ ਤਾਂ ਬਿਲਕੁਲ ਨੀ ਹੁੰਦਾ। ਹਾਂ ਉਹ ਤਾਂ ਆਉਂਦੀ ਅੱਗੇ ਤਾਂ ਮੈਂ ਖੁਦ ਕਹਿੰਦੀ ਆ ਉਹ ਮੈਂ ਬਹੁਤ ਜਾਣਿਆਂ ਨਾਲ ਮਿਲਦੀ ਆ ਮੈਨੂੰ ਫੀਲਿੰਗ ਨੀ ਆਉਂਦੀ, ਜਦੋਂ ਮੇਰਾ ਫਰੈਂਡ ਮੇਰੇ ਕੋਲ ਹੁੰਦਾ ਉਹ ਆਪੇ ਲੋਕ ਕਹਿ ਦਿੰਦੇ ਮਨਿਆਲ ਸਿੰਘ ਵਾਲੇ ਜਾਣਾ ਵਾ। ਬਾਕੀ ਹਾਂ ਬਾਕੀ ਹਜੇ ਮੈਂ ਇੱਕ ਵਾਰੀ ਘਰੇ ਜਾਨੀ ਆ ਘਰੇ ਜਾ ਕੇ ਨਹਾ ਨਹੂ ਕੇ ਤੇ ਦੀਦੀ ਕਿਤੇ ਫੰਕਸ਼ਨ ਤੇ ਚੱਲੀ ਆ ਫਿਰ ਅਸੀਂ ਦੋਨਾਂ ਨੇ ਨਿਹਾਲ ਸਿੰਘ ਵਾਲੇ ਜਾਣਾ ਵਾ ਫਿਰ ਆਈ ਜਾਣਾ ਬਸ ਘੰਟੇ ਦੇ ਛੋਟ ਆ ਉਹ। ਨਿਹਾਲ ਸਿੰਘ ਵਾਲੇ ਹੈਰੀ ਤਾਂ ਮੁੰਡੇ ਦਾ ਨਾਮ ਨਹੀਂ ਉਹ ਤਾਂ ਦੂਜਾ ਜੇ ਹੀ ਆ ਜੇ ਹੀ ਆ। ਅੱਛਾ ਠੀਕ ਆ ਫੇਰ ਤਾਂ ਵਧੀਆ ਕਿਉਂਕਿ ਉੱਧਰ ਨਿਹਾਲ ਸਿੰਘ ਵਾਲੇ ਮੇਰੇ ਪੇਕੇ ਆ ਨਾ